ਹਾਂਜੀ ਜਨਾਬ, ਸੁਬਾਹ ਹੋ ਗਈ ਹੈ ਤੇ ਅਸੀਂ ਸੁਬਾਹ ਸੁਬਾਹ ਉੱਠ ਕੇ ਨਿਕਲੇ ਹਾਂ, ਮੈਂ ਹਰੂਨ ਤੇ ਕਲਬ। ਹਰੂਨ ਕਲਬ ਕਹਿੰਦੇ ਹਨ ਵੀ ਅੱਜ ਲਾਸਟ ਵਾਲਾ ਦਿਨ ਤੇ ਤਸਵੀਰਾਂ ਖਿੱਚ ਲਈਏ, ਤੇ ਅਸੀਂ ਇਸ ਜਗ੍ਹਾ ਤੇ ਤਸਵੀਰਾਂ ਖਿੱਚਣਾ ਆਏ ਹਾਂ। ਤਸਵੀਰਾਂ ਖਿੱਚ ਕੁਝ ਲਈਆਂ ਨੇ, ਵਿਊ ਚੈੱਕ ਕਰੋ ਆਲੇ ਦੁਆਲੇ, ਮਾਸ਼ਾ ਅੱਲਾ ਹੋਏ 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 ਵੀ ਪਾਣੀ ਆ ਸਾਥ। ਤੇ ਹੁਣ ਅਸੀਂ ਚੱਲੇ ਹਾਂ ਅੱਗੇ, ਅਸੀਂ ਕੱਲ੍ਹ ਤਸਵੀਰਾਂ ਇੱਕ ਜਗ੍ਹਾ ਖਿੱਚੀਆਂ ਹਨ, ਕਲਬ ਨੇ ਨਹੀਂ ਖਿੱਚੀਆਂ ਕਲਬ ਕਿਉਂਕਿ ਰੂਮ ਦੇ ਵਿੱਚ ਸੀ। ਹੁਣ ਅਸੀਂ ਇਹਨੂੰ ਲੈ ਕੇ ਚੱਲੇ ਹਾਂ ਉੱਥੇ, ਅਸੀਂ ਤਸਵੀਰਾਂ ਚੀਜ਼ਾਂ ਖਿੱਚਣੇ ਆ, ਨਾਲੇ ਤੁਹਾਨੂੰ ਇੱਕ ਵਿਊ ਚੈੱਕ ਕਰਾਉਂਦੇ ਹਾਂ ਦੁਬਾਰਾ ਤੋਂ। ਕੈਸਾ ਵਿਊ ਆ ਰਿਹਾ, ਯਾਦ ਹੈ ਨਾ ਕੱਲ੍ਹ ਮੈਂ ਭੁੱਲ ਦੁੰਨ ਗਿਆ ਉਹ ਲਾ। ਅਤੇ ਬਾਕੀ ਹੁੰਦਾ ਭਾਈ ਰੂਮ 'ਚ ਹੀ ਨੇ, ਹੁੰਦਾ ਭਾਈ ਕਹਿੰਦੇ ਹਾਂ ਤੁਸੀਂ ਜਾਓ, ਅਤੇ ਅਸੀਂ ਆ ਗਏ ਹਾਂ ਹੁਣ। ਬਾਕੀ ਫਿਰ ਨਿਕਲਣਾ ਦੁਬਾਰਾ 'ਚ, ਰਸਤੇ 'ਚ ਇੱਕ ਦੋ ਵਿਊ ਛੱਡ ਕੇ ਆਏ ਹਾਂ ਅਸੀਂ, ਉਹ ਤੁਹਾਨੂੰ ਵਿਊ ਵਿਊ ਹਾਂਗੇ ਜਾਂਦੇ ਆ, ਅਤੇ ਫੁੱਲ ਇੰਜੋਏ ਕਰਾਂਗੇ। ਓਕੇ ਕਰੋ ਜੀ, ਫੁੱਲ ਦਾ ਵਿਊ ਚੈੱਕ ਕਰੋ ਕਿੰਨਾ ਖੂਬਸੂਰਤ ਹੈ। ਹਾਏ ਹਾਏ ਮਾਸ਼ਾ ਅੱਲਾ ਮਾਸ਼ਾ ਅੱਲਾ, ਬਹੁਤ ਹੀ ਖੂਬਸੂਰਤ ਵਿਊ ਹੈ। ਹਾਏ ਹਾਏ ਹੁਣ ਇੱਥੇ ਨਾ ਤਸਵੀਰਾਂ ਬਣਾਉਣੀਆਂ ਨੇ ਰੋਡ 'ਚ ਜਾ ਕੇ, ਬਾਕੀ ਤਸਵੀਰਾਂ ਖਿੱਚਣੇ ਆ, ਕੋਈ ਹੋਰ ਵਿਊ ਕੈਚ ਹੁੰਦਾ ਜੀ ਤੁਹਾਨੂੰ ਖਾਂਦੇ ਹਾਂ। ਜਨਾਬ ਫਿਰ ਪਿੰਡ ਝਾਂਡਾ ਰੋ ਗਿਆ, ਅਤੇ ਹੁਣ ਥੋੜ੍ਹਾ ਜਿਹਾ ਪਿੰਡ ਖਿੰਡ ਵੇਖਦੇ ਹਾਂ ਅਤੇ ਜਾਂਦੇ ਹਾਂ। ਵੇਖਦੇ ਕੰਮ ਖਰਾਬ ਹੀ ਹੈ, ਚੈੱਕ ਕਰੋ ਆਹ ਗਲੀਆਂ ਨੇ ਜਨਾਬ ਪਿੰਡ ਦੀਆਂ, ਪਰੇਸ਼ਾਨ ਨਹੀਂ ਹੋਣਾ ਵੇਖ ਕੇ। ਹਾਂਜੀ ਆਹ ਬੱਚਾ ਸਪੈਸ਼ਲ ਸਲਾਮ ਲੈਣਾ ਆ। ਸਲਾਮ ਅਲੈਕੁਮ, ਕਿਆ ਹਾਲ ਹੈ? ਮੁਝੇ ਲੱਗਤਾ ਇਨਕੋ ਪੰਜਾਬੀ ਨਹੀਂ ਆਤੀ ਨਾ ਉਰਦੂ ਆਤੀ ਹੈ। ਯੇ ਵੀ ਦੋਨੋਂ ਆਏ ਹਾਂ ਬੱਚੀਆਂ, ਮਾਸ਼ਾ ਅੱਲਾ। ਕਿੱਦਾਂ ਘੁੰਮ ਰਹੇ ਹੋ? ਉਰਦੂ ਨਹੀਂ ਆਤੀ? ਆਤੀ ਆ। ਹੋਰ ਕਿਆ ਨਾਮ ਹੈ? ਹੈਂ ਅਹਿਮਦ, ਮਾਸ਼ਾ ਅੱਲਾ ਅਹਿਮਦ ਨੇਮ ਹੈ। ਯੇ ਕਿਸ ਕੀ ਗਾਰੀ ਹੈ? ਯੇ ਕਿਸ ਕੀ ਗਾਰੀ ਹੈ? ਆਪ ਕੀ ਹੈ? ਕਹਾਂ ਸੇ ਲਈ ਹੈ? ਹੈਂ ਮਾਸ਼ਾ ਅੱਲਾ ਬੜਾ ਪਿਆਰਾ ਬੱਚਾ ਹੈ। ਸਾਨੂੰ ਇੱਕ ਦਰਖਤ ਲੱਭਿਆ, ਬਹੁਤ ਹੀ ਪੁਰਾਣਾ ਲੱਗ ਰਿਹਾ, ਬਹੁਤ ਹੀ ਪੁਰਾਣਾ ਲੱਗ ਰਿਹਾ, ਬਹੁਤ ਹੀ ਕਾਫੀ ਜ਼ਿਆਦਾ, ਕਾਫੀ ਜ਼ਿਆਦਾ ਵੱਡਾ ਵੀ ਹੈ ਹਰੂਨਾ ਜੀ, ਬਹੁਤ ਜ਼ਿਆਦਾ ਵੱਡਾ। ਬਾਰਿਸ਼ ਵੀ ਤੇਜ਼ ਹੋ ਰਹੀ ਆ ਆਹਿਸਤਾ ਆਹਿਸਤਾ, ਅਤੇ ਹੁਣ ਫਿਰ ਸਾਨੂੰ ਜਾਣਾ ਹੀ ਪੈਣਾ ਵਾਪਸ। ਬਾਕੀ ਪਿੰਡ ਬੜੇ ਬੜੇ ਖੂਬਸੂਰਤ ਨੇ, ਲੇਕਿਨ ਅਸੀਂ ਅਸਲ 'ਚ ਜਿਹੜੇ ਇਲਾਕੇ 'ਚ ਸਟੇਅ ਕੀਤਾ ਨਾ, ਸਟੇਅ ਦੇ ਵਿੱਚ ਗਰੀਨਰੀ ਵਾਲਾ ਪਿੰਡ ਨਹੀਂ ਹੈ ਨਾ, ਅਤੇ ਗਰੀਨਰੀ ਵਾਲਾ ਪਿੰਡ ਉੱਤੇ ਵੀ, ਲੇਕਿਨ ਅਸੀਂ ਉੱਥੇ ਜਾ ਨਹੀਂ ਸਕਦੇ ਸਾਹਮਣਾ, ਉਹ ਉੱਤੇ ਵੀ ਬਹੁਤ ਜ਼ਿਆਦਾ। ਬਾਕੀ ਜਿੰਨਾ ਕੈਪਚਰ ਹੁੰਦਾ ਸੀ ਤੁਹਾਨੂੰ ਹਾਂ ਜੀ ਹਾਈ ਜਾਂਦੇ ਬਣਾਉਣਾ। ਭਾਅ ਜੀ ਪੈਸੇ ਵਸੂਲ ਜੇ, ਪੈਸੇ ਵਸੂਲ ਭਾਅ ਜੀ ਜੀ ਅਲਹਮਦੁਲਿਲਾ ਜੀ। ਜਿਹੜਾ ਮੈਨੂੰ ਸਾਹਿਬ ਇੱਥੇ ਇਹ ਗੱਲ ਇੰਪ੍ਰੈਸ ਕੀਤੀ ਹੈ ਕਿ ਲੋਕ ਬਹੁਤ ਅੱਛੇ ਨੇ, ਅੱਛਾ ਠੀਕ ਹੈ, ਕੋਪਰੇਟ ਕਰਦੇ ਨੇ ਸਾਡੇ ਨਾਲ। ਰਾਤ ਇਹ ਇੱਕ ਦੁਕਾਨ ਸ਼ਾਪ 'ਤੇ ਗਏ ਹਾਂ ਮੈਂ ਹੁੰਦਾ, ਓਏ ਹੋਏ ਕਿਆ ਉਹਨਾਂ ਗੱਲਾਂ ਦੱਸੀਆਂ ਨੇ ਸਾਨੂੰ, ਮਾਸ਼ਾ ਅੱਛਾ ਜੀ। ਸੇਮ ਸਾਡੇ ਆਪਣੇ ਸਿਆਲਕੋਟ ਵਾਲੇ ਰੇਟ, ਬਲਕਿ ਇੱਥੇ ਸਸਤਾ ਹੈ, ਸਾਡੇ ਸਿਆਲਕੋਟ ਮਹਿੰਗੀਆਂ ਚੀਜ਼ਾਂ ਦੇ ਨਹੀਂ ਸਹੀ ਆ ਸੀ ਦੱਸਦੇ ਭਾਅ ਜੀ।
ਮੈਂ ਤੁਹਾਨੂੰ ਵਾਰ ਭੇਜ ਜਨਾਬ ਆਓ ਆਓ ਮੁਰਸ਼ਦ ਆਓ ਨਵੀਂ ਚੀਜ਼ ਖਾਂਦੇ ਹਾਂ ਜਨਾਬ ਚੱਕੀ ਆ ਇਹਨਾਂ ਦੀ ਠੀਕ ਹੈ ਅਤੇ ਆਟਾ ਇੰਜ ਪੀਸਿਆ ਜਾਂਦਾ ਪਿੱਛੇ ਦਰਿਆ ਦਾ ਪ੍ਰੈਸ਼ਰ ਹੈ ਜਿਹੜਾ ਪਾਣੀ ਉੱਤੋਂ ਆਉਂਦਾ ਹੈਗਾ ਉਹ ਇਹ ਤਾਂ ਪਾਣੀ ਥੱਲੀ ਹੁੰਦੀ ਜਾਂਦਾ ਵੀ ਜਿਹਦੀ ਵਜ੍ਹਾ ਤੋਂ ਇਹ ਜਿਹੜਾ ਨਾ ਝੱਕਾ ਇਹਨਾਂ ਦਾ ਘੁੰਮਦਾ ਪਾਣੀ ਤੁਹਾਨੂੰ ਖਾਂਦਾ ਮੈਂ ਬਾਹਰ ਜਾ ਕੇ ਅਤੇ ਪਾਣੀ ਥੱਲੀ ਉਹ ਕਿੰਨੀ ਸਪੀਡ ਨਾਲ ਆਉਂਦਾ ਉਹਦਾ ਕਿੰਨੀ ਸਪੀਡ ਨਾਲ ਝੱਕਾ ਫਿਰਦਾ ਹੈਗਾ ਮਤਲਬ ਕਿ ਜ਼ੀਰੋ ਇਨਵੈਸਟਮੈਂਟ ਬਿਜਲੀ ਦਾ ਵੀ ਕੋਈ ਖਰਚਾ ਨਹੀਂ ਆਉਣਾ ਪਾਣੀ ਆਉਣਾ ਪ੍ਰੈਸ਼ਰ ਨਾਲ ਤਾਂ ਝੱਕੀ ਚੱਲਣੀ ਹੈ ਉਹਨਾਂ ਦਾ ਬੰਦ ਕਰਨ ਦਾ ਤਰੀਕਾ ਪਤਾ ਨਹੀਂ ਕੀ ਹੈ ਕਿ ਇਹਨਾਂ ਨੂੰ ਬੰਦ ਕਰ ਦੇਣ ਥੱਲੀ ਕੀ ਕਰ ਦੇਣ ਕਿਸੇ ਵਜ੍ਹਾ ਤੋਂ ਪਾਣੀ ਨਹੀਂ ਅਤੇ ਲਾਦਾ ਚੱਲਦੀ ਵੀ ਤੁਹਾਨੂੰ ਮੈਂ ਬਾਹਰੋਂ ਜਾ ਕੇ ਪਾਣੀ ਖਾਂਦਾ ਵਾ ਜੀ ਮੁੰਡੇ ਛੁੰਡੇ ਆ ਗਏ ਨੇ ਫਿਰ ਤੁਰ ਕੇ ਚੈੱਕ ਕਰੋ ਇਹਨਾਂ ਦੇ ਹੈਂ ਵੇਖੋ ਸਾਡਾ ਬੱਕਰਾ ਬੱਕਰਾ ਬੋਲੀ ਅਸੀਂ ਆ ਗਏ ਆ ਤੇ ਹੰਦਾ ਭਾਈ ਵੀ ਉੱਠਦੇ ਨੇ ਗੁੱਡ ਮਾਰਨਿੰਗ ਗੁੱਡ ਮਾਰਨਿੰਗ ਮੈਂ ਸੁੱਤਾ ਮੈਂ ਤੁਸੀਂ ਫੇਰ ਆਓ ਯਾਰ ਮੈਂ ਗੱਡੀ ਚਲਾਣੀ ਆ ਤੇ ਮੈਂ ਜ਼ਰਾ ਨਿੰਦਰ ਪੂਰੀ ਕਰ ਲਾਂ ਨਿੰਦਰ ਪੂਰੀ ਹੋ ਗਈ ਹੈ ਤੇ ਉੱਠ ਪਏ ਆ ਜਨਾਬ ਹੁਣ ਅਸੀਂ ਨਿਕਲਾ ਲੈ ਚੈੱਕ ਕਰੋ ਉੱਤੇ ਵੇਖੋ ਸਨੋਫਾਲ ਦੇ ਜਨਾਬ ਕਮਾਲ ਹੈ ਤੇ ਮੈਨੂੰ ਲੱਗਦਾ ਤਾਜ਼ੀ ਤਾਜ਼ੀ ਪਈ ਆ ਆਹ ਉਹ ਸਾਹਮਣੇ ਦਰਿਆ ਨੀਲਾ ਮੈਂ ਜਨਾਬ ਸਭ ਕੁਛ ਚੁੱਕ ਲਿਆ ਸਾ ਜੀ ਚਲੋ ਫਿਰ ਮਾਧੋ ਚਲੋ ਠੀਕ ਹੈ ਅਮਦਾਨ ਭਾਈ ਇਨਸ਼ਾਅੱਲਾ ਫਿਰ ਮੁਲਾਕਾਤ ਹੋਏਗੀ ਚਲੋ ਜੀ ਉਹ ਮੈਨੂੰ 36 ਦੇ ਬੱਦਲ ਯਾਰ ਮੈਂ ਭੇਜਾ ਨਾ ਯਾਰ ਚੱਲ ਠੀਕ ਹੈ ਚਲੋ ਆ ਜਾਓ ਗੱਡੀ ਚਾਬੀ ਕਿਹਦੇ ਕੋਲ ਆਇਓ ਚਲੋ 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 ਕਬਰਸਤਾਨ ਹੈ ਤਲ ਦਾ ਸਾਰਿਆਂ ਨੇ ਇੱਕ ਕਬਰ ਨੂੰ ਕਵਰ ਕੀਤਾ ਮਾਸ਼ਾਅੱਲਾ ਕੀ ਭੁੱਲ ਹੈ ਯਾਰ ਚਾਸਾ ਆ ਗਿਆ ਇੱਕ ਬਹੁਤ ਖੂਬਸੂਰਤ ਮੁੰਡੇ ਹੁਣ ਗਏ ਨੇ ਜਾ ਕੇ ਸ਼ਰਟ ਸੂਟ ਕੱਢਦੇ ਨੇ ਫਿਰ ਗੱਡੀਆਂ ਲੰਘਣ ਸਾਰਿਆਂ ਲਓ ਜੀ ਜਨਾਬ ਅਸੀਂ ਇਸ ਟਾਈਮ ਕਿੜਨ ਪੁੱਜ ਗਏ ਹਾਂ ਨਾਸ਼ਤਾ ਕਰਨ ਅਤੇ ਸਵਾ 2 ਘੰਟੇ 'ਚ ਅਸੀਂ ਕਿੜਨ ਆ ਗਏ ਹਾਂ ਅਤੇ ਹੁਣ ਨਾਸ਼ਤੇ ਦੇ ਸ਼ੌਕ ਲੱਭੀ ਜੇ
ਨਾਸ਼ਤਾ ਨੁਸ਼ਤਾ ਕਰਨੇ ਫਿਰ ਅਗਲੇ ਸਫ਼ਰ ਤੋਂ ਰਵਾਨਾ ਹੁੰਦੇ ਹਾਂ। ਚਨੇ ਚਨੇ ਆ ਪਾਕਿਸਤਾਨ ਦਾ ਟਾਈਮ ਹੈ, ਇਹ ਇੰਡੀਆ ਦਾ ਟਾਈਮ ਹੈ, ਇਹ ਵੀ ਇੰਡੀਆ ਦਾ ਟਾਈਮ ਹੈ, ਇਹ ਪਾਕਿਸਤਾਨ ਦਾ ਟਾਈਮ ਹੈ। ਇਹ ਅਸੀਂ ਪਾਕਿਸਤਾਨ ਬੈਠੇ ਹਾਂ, ਉਹ ਸਾਹਮਣੇ ਇੰਡੀਆ ਹੈ, ਇਹ ਇੰਡੀਆ ਹੈ। ਉਸ ਵਜ੍ਹਾ ਤੋਂ ਦੋ ਟਾਈਮ ਸ਼ੋਅ ਹੋ ਰਹੇ ਨੇ, ਅੱਧੇ ਘੰਟੇ ਦਾ ਫ਼ਰਕ ਹੈ, ਇੱਕ 24 ਇੱਕ 54, ਅੱਧੇ ਘੰਟੇ ਦਾ ਫ਼ਰਕ। ਇੰਡੀਆ ਇੰਡੀਆ ਬਹੁਤੇ ਬਦਲ ਆਏ ਨੇ, ਹੈਂ, ਮਤਲਬ ਇੰਡੀਆ ਵਾਲਾ ਟਾਈਮ ਅਤੇ ਪਾਕਿਸਤਾਨ ਵਾਲਾ ਟਾਈਮ ਸੇਮ ਟਾਈਮ 'ਚ ਹੋ ਰਿਹਾ ਸੀ। ਓਏ ਹੋਏ 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 ਹੋਏ, ਕਿਆ ਬਾਤ, ਲੈਵਲ ਕਰ ਗਏ ਸਰ ਜੀ। ਅੰਡਾ ਨਾਸ਼ਤਾ, ਨਾਸ਼ਤਾ ਦਾਲ ਮਾਸ਼, ਅੰਡਾ ਪਰਾਂਠੇ, ਅਤੇ ਮੁੰਡੇ ਮੁੰਡੇ ਆ ਭੁੱਖ ਨਾਲ ਡਿੱਗਦੇ ਹੁੰਦੇ। ਚਲੋ ਯਾਰ ਖਾਓ, ਖਾ ਕੇ ਮਿਲਨੇ ਆ, ਜਿਹਨੇ ਖਾਣਾ ਤੇ ਆ ਜਾਓ, ਰੋਟੀ ਵੱਲ ਧਿਆਨ ਕਰੋ, ਜਿਹਨੇ ਖਾਣਾ ਆਈ ਵਾਸਤੇ ਕਿਰਨ ਆਈ, ਉਹ ਕਿਰਨ ਇੰਡੀਆ ਦੇ। ਲੈ ਲੇਕਿਨ ਇਹ ਬੰਦ ਹੈ, ਮੈਂ ਉਹਨਾਂ ਨੇ ਆਪੀ ਬੰਦ ਕੀਤਾ ਤਾ। ਉਹ ਇੰਡੀਆ ਦਾ ਝੰਡਾ ਹੈ, ਉਹ ਇੰਡੀਆ ਦੀ ਹੈ ਕੋਈ, ਅਜ਼ਮਤ ਹਿੰਦ ਲਿਖੇ ਆ ਸਾਹਮਣੇ, ਅਜ਼ਮਤ ਹਿੰਦ ਇੰਡੀਆ ਨਹੀਂ ਹੈ ਭਾਈ, ਉਹ ਯਾਰ ਇੰਡੀਆ 'ਚ ਇੰਡੀਆ ਕਬਜ਼ਾ ਇੰਡੀਆ ਦਾ। ਇਹ ਵੀ ਉਹਨਾਂ ਝੰਡਾ ਲਾਇਆ ਤਾ ਆਪਣਾ, ਇੱਧਰ ਘਰ ਨੇ ਸਾਰੇ, ਉਹ ਗੱਡੀਆਂ, ਉਹ ਮਲਵਾਰੀ ਫਿਲਮਾਂ 'ਚ ਅਕਸਰ ਹੋ ਜਾਂਦੀਆਂ, ਗੱਡੀਆਂ ਚੱਲਦੀਆਂ ਨਹੀਂ, ਉਹ ਉਹ ਵਾਈਟ ਜੀਪ ਖਲੋਤੀ ਆ, ਲੋਕ ਕੁਛ ਪੈਦਲ ਟੁਰਦੇ ਨੇ ਪੇ, ਅਜ਼ਮਤ ਹਿੰਦ ਲਿਖਿਆ ਹੈ। ਇਹ ਇੱਥੇ ਉਹਨੇ ਲੱਗੀ ਇੱਕ ਬੈਰੀਅਰ ਜਿਹਾ ਲਾਇਆ ਟੋਟਲ। ਇਹ ਵੀ ਸਾਹਮਣਾ ਪਹਾੜ ਵੀ ਹੈ, ਵੀ ਇੰਡੀਆ ਦੇ ਕਬਜ਼ੇ 'ਚ ਵੇ, ਇਹ ਪਾਕਿਸਤਾਨ 'ਚ ਵੇ, ਇੱਧਰ ਇੰਡੀਆ 'ਚ ਵੇ। ਇੱਕ ਇਹ ਵੀ ਵਿਊ ਹੈ ਜਨਾਬ, ਇਹ ਡੈਮ ਬਣਿਆ ਨਵਾਂ ਇੱਥੇ ਜਨਾਬ, ਹਾਏ 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 ਲੈਵਲ। ਵਾਪਸੀ ਅੱਜ ਜਾ ਰਹੇ ਹਾਂ, ਅਤੇ ਫਿਰ ਵਾਟਰਫਾਲ ਖਲੋ ਗਏ ਹਾਂ ਹਰੂਨ ਦੀ ਫਰਮਾਇਸ਼, ਯਾਰ ਮੈਂ ਉਸ ਦਿਨ ਨਹੀਂ ਵੇਖੀ ਸਹੀ, ਅੱਜ ਵੇਖ, ਉਹਦਾ ਰਸ਼ ਵਾਕਈ ਬਹੁਤ ਸੀ, ਅੱਜ ਤਾਂ ਹਾਲੀ ਹੈ ਤਕਰੀਬਨ। ਚੱਲਦੇ ਹਾਂ ਉਦੋਂ ਵਾਟਰਫਾਲ ਚੈੱਕ ਕਰਦੇ ਹਾਂ।
ਆਪਣੇ ਪਾਕਿਸਤਾਨ ਚ ਆ ਰਹੇ ਹਾਂ। ਵੈਲਕਮ ਬੈਕ ਭਾਜੀ, ਵੈਲਕਮ ਟੂ KPK ਸੂਬੇ। ਲੇਕਿਨ ਪਾਕਿਸਤਾਨ ਚ ਆ ਰਹੇ ਨਾ, ਕਸ਼ਮੀਰ ਤੋਂ ਬਾਹਰ ਆ ਗਏ ਹਾਂ। ਇੱਥੋਂ ਇਸਲਾਮਾਬਾਦ 96 ਕਿਲੋਮੀਟਰ, ਮਰੀ 30 ਕਿਲੋਮੀਟਰ, ਬਾਕੀ 17 ਕਿਲੋਮੀਟਰ ਬਾਕੀ। ਲਓ ਜੀ, ਸ਼ੁਕਰ ਅਲਹਮਦੁਲਿਲਾ, ਮੜੀ ਦੇ ਕੋਲ ਆ ਗਏ ਹਾਂ, ਐਕਸਪ੍ਰੈਸ ਵੇ ਚੱਲ ਰਹੇ ਹਾਂ। ਅਤੇ ਇੱਥੇ ਦੇ ਪਿੱਛੇ ਬਾਰਿਸ਼ ਸੀ, ਇੱਥੇ ਹਲਕੀ ਹਲਕੀ ਬਾਰਿਸ਼ ਹੈ, ਲੇਕਿਨ ਇਸ ਟਾਈਮ ਅਸੀਂ ਬੱਦਲਾਂ 'ਚ ਪੈ ਰਹੇ ਹਾਂ। ਧੁੰਦ ਨਾ ਸਮਝਿਓ, ਇਹ ਧੁੰਦ ਨਹੀਂ, ਫੋਗ ਨਹੀਂ, ਇਹ ਨੇ ਕਲਾਊਡਸ, ਬਾਦਲ ਚੈੱਕ ਕਰੇ। ਇਹ ਆਹ ਬਾਤ ਹੈ, ਮੜੀ ਦੀ ਵੀ ਆਪਣੀ ਹੋਇਆ ਪਈ ਆ, ਹੈਂ। ਸਫ਼ਰ ਅੱਜ ਵਾਹਵਾ ਕਰ ਲਿਆ, ਅਤੇ ਹੁਣ ਹੈ ਵੇਖੋ ਤੁਸੀਂ, ਬੱਦਲ ਇੰਜੋਏ ਕਰੋ, ਅਸੀਂ ਵੀ ਕਰਦੇ ਹਾਂ, ਤੁਸੀਂ ਵੀ ਕਰੋ, ਠੀਕ ਹੈ। ਗੈਸ ਕਰੋ ਅਸੀਂ ਕਿੱਥੇ ਆ ਗਏ ਹਾਂ, ਛਤਰੀ ਪਿੱਛੇ ਕਰ ਲਓ, ਜੈ ਪਿੱਛੇ ਕਰ ਲਓ। ਜਨਾਬ ਮੜੀ ਪਹੁੰਚ ਗਿਆ, ਮਾਂ ਰੋਡ, ਮੜੀ ਦੇ ਕੋਲੋਂ ਦੀ ਗੁਜ਼ਰ ਰਹੇ ਹਾਂ। ਕਿਆ ਯਾਰ, ਮੜੀ ਵੀ ਹਾਜ਼ਰੀ ਲਵਾਈ ਆਈਏ, ਹੈਂ, ਮੜੀ ਵਾਲੇ ਪੀਰਾਂ ਨੂੰ ਸਲਾਮ ਕਰ ਆਈਏ। ਆ ਗਿਆ ਜਨਾਬ, ਰਸ਼ ਵਾਹਵਾ, ਸਹੀ ਰਸ਼ ਅਸੀਂ ਅੱਜ ਛੁੱਟੀ ਦਾ ਲਾਸਟ ਦਿਨ, ਫਿਰ ਵੀ ਰਸ਼ ਬੜਾ। ਅਤੇ ਅਸੀਂ ਬਸ ਥੋੜ੍ਹੀ ਦੇਰ ਫਿਰਨਾ, ਇੱਥੇ ਖਾਣਾ ਸ਼ਾਣਾ ਖਾ ਕੇ ਨਿਕਲ ਗਿਆ ਤੂੰ ਬਸ। ਕਿਉਂ ਜੀ, ਖਾਣਾ ਸ਼ਾਣਾ ਖਾ ਕੇ ਨਿਕਲੀਏ, ਖਾਣਾ ਖਾਂਦੇ ਹਾਂ, ਮੈਂ ਕਹਿੰਦਾ ਖਾਣਾ ਜਾਂ ਬਾਹਰੋਂ ਖਾਈ। ਚਲੋ ਚੈੱਕ ਕਰਦੇ ਹਾਂ, ਉੱਥੇ ਤਾਂ ਰਸ਼ ਹੈ ਨਹੀਂ, ਇੱਥੇ ਇੱਥੇ ਤੂੰ ਰਸ਼ ਵੇਖ ਨਾ, ਮਰੀ ਤਾਂ ਨਹੀਂ ਰਸ਼ ਇੱਦਾਂ ਹੁੰਦਾ, ਤੁਹਾਡੇ ਪਛਿੰਦੇ ਕਿੱਥੇ ਗਏ ਨਹੀਂ। ਛਤਰੀ ਲੱਭੋ, ਛਤਰੀ ਫੜੀ ਨੇ ਕਾਲੇ ਰੰਗ ਦੀ, ਉਹ ਅੱਗੇ ਛਤਰੀ, ਉਹ ਅੱਗੇ ਖਲੋਤੇ ਨੀ। ਭੁੱਖ ਲੱਗ ਗਈ ਏ, ਹੈਂ, ਲੋ ਜੀ ਇਹ ਖਾ ਰਹੇ ਆ। ਇੱਧਰ ਹੁਣ ਕੀ ਹੈ, ਗ੍ਰਿੰਡ ਅਤੇ ਖਾ ਪੀਂਦੇ ਹਾਂ, ਆਉਂਦੀਆਂ ਚੀਜ਼ਾਂ ਫਿਰ ਤੁਹਾਨੂੰ ਦੱਸਦੇ ਕੀ ਆ ਰਿਹਾ। ਆਰਡਰ ਆ ਗਿਆ, ਆਰਡਰ ਆ ਗਿਆ, ਫਰਾਈਜ਼ ਨੇ, ਬਰਗਰ ਨੇ ਜਨਾਬ, ਅਤੇ ਕੋਕੋ ਕੋਲਾ ਬਾਈ ਕਾਰਡ, ਪਰ ਆਪਸ਼ਨ ਕੋਈ ਨਹੀਂ ਇੱਥੇ, ਖਾ ਪੀ ਕੇ ਫਿਰ ਮਿਲਣਾ ਤੁਹਾਨੂੰ, ਠੀਕ ਹੈ ਭਾਅ ਜੀ, ਠੀਕ ਹੈ ਕਲਬ ਸਾਹਿਬ, ਕਲਬ ਸਾਹਿਬ ਜੀ ਜੀ, ਖਾਓ ਪੀਓ ਅਤੇ ਚਲੀਏ। ਲੇਟ ਪਹਿਲਾਂ ਸਟ੍ਰੀਕ ਪਾ ਲਈ, ਇਹ ਸਟ੍ਰੀਕ ਪੈ ਰਹੀ ਹੈ, ਤੂੰ ਪਾ ਰਹੀ ਹੈ, ਤੂੰ ਪਾ ਰਹੀ ਸੀ, ਇਹ ਰਹਿ ਗਿਆ ਸਲੋ ਇੰਜ, ਉਹਨੂੰ ਫਿਲਟਰ ਦੇ ਕੇ ਪਤਾ ਨਹੀਂ ਕਰਨੀ, ਕਰ ਲੈ ਕਰ ਲੈ ਕਰ। ਵੇਖੋ ਕੈਸਾ ਬਜ਼ਾਰ ਆਇਆ ਇੱਥੇ ਜਨਾਬ, ਹਾਂਜੀ ਹੋ ਗਿਆ ਸਰ, ਹੁਣ ਕਾਫੀ ਵਧੀਆ ਕਾਫੀ ਦਾ ਆਰਡਰ ਕਰਨੀ ਹੈ, ਨਿੱਕੀ ਕਾਫੀ ਆਉਂਦੀ, ਕਾਫੀ ਲੈ ਕੇ ਨਾ, ਅਤੇ ਜਨਾਬ ਵਾਕ ਛੱਕ ਕਰੀਏ, ਵਾਕ ਕਰੀਏ, ਦਮ ਕਰਕੇ ਫਿਰ ਚਲੀਏ, ਠੀਕ ਹੈ ਜੀ। ਸਿਆਲਕੋਟ, ਸਿਆਲਕੋਟ ਮਿਸ ਯੂ ਸਿਆਲ, ਲਾਟੇ ਤੂੰ ਵੀ ਨਹੀਂ, ਹਾਂ ਚੱਲ ਸਹੀ ਹੈ, ਬਚਾ ਲਾਟੇ ਵੀ ਲਿਆ, ਲਾਟੇ ਇੱਥੇ ਉਹਨਾਂ ਤੋਂ ਅਸੀਂ ਕਾਫੀ ਲੈ ਲਓ ਕੇ, ਅਤੇ ਬਾਹਰ ਜਾਵਾਂਗੇ, ਫਿਰ ਉੱਡਾਂਗੇ, ਅਤੇ ਫਿਰ ਅਸੀਂ ਜਿਹੜਾ ਨਾ ਵਾਪਸੀ ਆਪਣੇ ਸਫ਼ਰ ਦੇ ਵਿੱਚ ਰਵਾਨਾ ਹੋਵਾਂਗੇ। ਇੰਨੀ ਗੱਲ ਨਾ, ਬਹੁਤ ਜ਼ਿਆਦਾ ਥੱਕ ਗਏ ਹਾਂ, 3 ਦਿਨ ਤੋਂ ਸੋਚ ਨਹੀਂ ਸਕਦੇ, 20 ਘੰਟਾ ਸਫ਼ਰ ਇੱਕ ਗੱਡੀ ਦੇ ਵਿੱਚ, ਬਾਹਰ ਇੱਥੇ ਵਾਮ ਪਾਗਲ ਹੋਈ ਹੈ। ਇਹ ਭਾਈ ਮਿਲੇ ਹੈ ਨਵਾਂ ਸਬਸਕ੍ਰਾਈਬਰ, ਹਾਏ ਹਾਏ ਹਾਏ, ਕਹਿ ਰਿਹਾ ਚੈਨਲ ਬਤਾਏ ਫੋਰ ਔਨ ਯੂਟਿਊਬ ਕਜ਼ਨ ਵਲੌਗ 05। ਠੀਕ ਹੋ ਗਿਆ, ਅਭੀ ਹਮਾਰੇ ਹਮ ਗਏ ਥੇ ਆਜ਼ਾਦ ਕਸ਼ਮੀਰ, ਅਭੀ ਕੱਲ ਪਰਸੋਂ ਤੱਕ 2 ਵਲੌਗ ਅਪਲੋਡ ਹੋ ਜਾਏਗਾ, 3-4 ਹੈ ਵੋ ਲਾਜ਼ਮੀ। ਹਾਂ, ਯੇ ਵਾਲਾ, ਯੇ ਇਸਕੇ ਬਾਅਦ ਆਏਗਾ, ਯੇ ਆਜ ਵਾਲਾ ਥਰਡ ਡੇ, ਯੇ ਅਪਲੋਡ ਹੋਗਾ ਮੇਰੇ ਖਿਆਲ ਮੈਂ ਇਸੀ ਵੀਕ ਮੇ ਹੋ ਜਾਏਗਾ, ਸੈਚਰਡੇ ਤੱਕ ਹੋ ਜਾਏਗਾ ਜੀ, ਯੇ ਵੀ ਠੀਕ ਹੈ, ਓਕੇ।
ਸਾਹਿਬ ਨੇ ਇੱਕ ਗੱਲ ਕੀਤੀ ਹੈ, ਮੈਂ ਦੁਬਾਰਾ ਤੇਰਾ ਹੱਥ ਸੁਣਾ ਤੇਰਾ ਦੱਸੇ ਰਾਜਾ। ਮੈਂ ਨਾ ਉਹਦਾ ਉੱਤੇ ਵੇਖਦਾ ਸੋਚਣਾ ਪਿਆ, ਸਾਡੇ ਘਰਾਂ 'ਚ ਮਾਹੌਲ ਹੋ ਜਾਂਦਾ ਸਿਸਟਮ, ਗਰੀਬ ਨੇ ਮਾੜੇ ਨੇ ਨਹੀਂ ਕੰਮ ਕਰਾ ਸਕਦੇ, ਹੋਟਲਾਂ 'ਚ ਹੋਏ ਜਾਂ ਕਿਤੇ ਫੂਡ ਏਰੀਆ 'ਚ ਮੈਂ ਹੁੰਦਾ ਘਰ ਹੋਏ ਫੈਸ਼ਨ ਐਂਬੀਅੰਸ ਇੰਨੇ ਨੰਬਰ ਦਿੰਦੇ ਆ, ਬਹੁਤ ਖੂਬਸੂਰਤ ਲੱਗਦੀ ਖੂਬਸੂਰਤੀ ਹੈ ਉਹ ਰਹਿ ਵੇ ਉਹ ਭੈਣ ਬਾਹਰ ਨੇ ਹੁਣ ਅੰਦਰ ਨਹੀਂ ਕਰਾਏ ਉਹਦੇ ਰੰਗ ਮਾੜਾ ਹੋਇਆ ਸਟਾਈਲ ਬਣ ਗਿਆ। ਮਿਕਸ ਨਾ ਹੋ ਗਈ ਹੋ ਕੇ ਹੋਰ ਸੇਮ ਸੇਮ ਦੋਏ ਚੀਜ਼ਾਂ ਸੇਮ ਨੇ ਸਾਹ ਜੀ। ਓਕੇ ਜੀ ਬਿਓ ਚੋਂ ਗੁੱਡ ਬਾਏ, ਚਲੀਏ ਵਾਕਸ਼ਾਕ ਹੋ ਗਈ ਸਾਡੀ ਅਤੇ ਚੱਲੇ ਹਾਂ ਹੁਣ ਵਾਪਸ, ਉਹ ਪਿੱਛੇ ਅਸਾਂ ਗੱਡੀ ਲਾਈਏ। ਚਲੋ ਨੀਲਮ ਟੂਰ ਦੇ ਨਾਲ ਸਾਡਾ ਮਰੀ ਟੂਰ ਥੋੜ੍ਹਾ ਜਿਹਾ ਹੋ ਗਿਆ ਹੈ, ਐ ਰੋਂਦਾ ਸੀ ਮੈਂ ਕਹਿੰਦਾ ਸੀ ਮੈਂ ਮਰੀ ਨਹੀਂ ਵੇਖਿਆ ਜੀਪੀਓ ਨਹੀਂ ਵੇਖਿਆ ਜੀਪੀਓ। ਚਲੋ ਜੀ ਜੀਪੀਓ ਵੇਖ ਘੱਤਾ, ਚਲੋ ਜੀ ਨਿਕਲਨੇ ਆ ਆਪੇ ਨੇੜੇ ਪਹੁੰਚ ਕੇ ਨਾ ਹੁਣ ਸਾਡੀ ਹਿੰਮਤ ਮੁੱਕ ਗਈ ਹੈ, ਹੁਣ ਸਿਆਲਕੋਟ ਦੇ ਕਰੀਬ ਪਹੁੰਚ ਕੇ ਆਪੇ ਅਪਡੇਟ ਕਰਨੇ ਆ। ਗੁੱਡ ਮਾਰਨਿੰਗ ਜਨਾਬ, ਪਹੁੰਚ ਗਏ ਹਾਂ ਸਿਆਲਕੋਟ, ਇਹ ਵੇਖੋ ਮੂਹਾਨਾਂ ਦੇ ਇਹ ਵੇਖਿਓ ਮੱਤਾਂ ਵੱਜੀਆਂ, ਇਹ ਗੱਡੀ ਵਾਸ਼ ਹੋ ਰਹੀ ਹੈ ਜਨਾਬ, ਇੱਥੇ ਹੁਣ ਸ਼ੀਸ਼ਾ ਵੀ ਬੜਾ ਗੰਦਾ, ਕੀ ਕਰਨਾ ਗੱਡੀ ਵਾਸ਼ ਹੋ ਰਹੀ ਹੈ ਅਤੇ ਜਨਾਬ ਬਹੁ ਥੱਕ ਗਏ ਹਾਂ ਅੱਜ। ਹਰੂਨ ਤੇਰਾ ਕੀ ਸਿਸਟਮ ਹੈ, ਮਜ਼ਾ ਆਇਆ ਤੈਨੂੰ ਟੂਰ ਦਾ? ਭਾਜੀ ਟੂਰ ਦਾ ਮਜ਼ਾ ਆਇਆ, ਟੂਰ ਚੰਗਾ ਅੱਛਾ ਸੀ, ਜਗ੍ਹਾ ਬਹੁਤ ਪਿਆਰੀ ਹੈ, ਜੰਨਤ ਦੇ ਜਿਹੜਾ ਨਾ ਦੁਨੀਆ ਉੱਤੇ ਜਿਹੜੀ ਹੈ ਨਾ, ਕੀ ਬਾਤ ਹੈ, ਜਾਣਾ ਚਾਹੀਦਾ ਉੱਥੇ, ਮਾਈਨ ਪਲੇਸ। ਹਾਂ ਗੱਲ ਆ ਹਾਂਜੀ, ਜਾਣਾ ਚਾਹੀਦਾ ਸਾਰਿਆਂ ਨੂੰ, ਠੀਕ ਹੈ ਨਾ, ਖੂਬਸੂਰਤ ਜਗ੍ਹਾ ਹੈ, ਪਾਤਸ਼ਾਹ ਹੈ, ਨੀਲਮ ਵੈਲੀ ਬਹੁਤ ਜ਼ਿਆਦਾ ਖੂਬਸੂਰਤ ਹੈ, ਅਤੇ ਆਪਣਾ ਤਿਆਰੀ ਸ਼ਿਆਰੀ ਕਰਕੇ ਜਾ ਰਹੇ ਹੋ ਕਿਉਂਕਿ ਉੱਥੇ ਸਰਦੀ ਵੀ ਹੁੰਦੀ ਹੈ, ਉਸ ਤੋਂ ਬਾਅਦ ਬਾਰਿਸ਼ ਵਾਲੇ ਮੌਸਮ ਦੇ ਨਹੀਂ ਜਾਣਾ, ਬਸ ਛਤਰੀ ਲੈ ਗਏ, ਹਾਂ ਫੁੱਲ ਤਿਆਰੀ ਕਰਕੇ ਜਾਓ, ਠੀਕ ਹੈ ਨਾ, ਮਜ਼ਾ ਆਏਗਾ ਯਾਰ, ਬਹੁਤ ਪਿਆਰੀ ਜਗ੍ਹਾ, ਬਹੁਤ ਤੈਨੂੰ ਤਾਂ ਸਿਮ ਦੀ ਟੈਨਸ਼ਨ ਪਈ ਇਹ ਗੱਲ, ਹੋਰ ਕੋਈ ਨਹੀਂ, ਸਿਮ ਤੇ ਮੇਰੇ ਚੱਲਦੀ ਨਾ ਉੱਥੇ ਮਾਸ਼ਾਅੱਲਾ, ਉਹ ਪਿਓਰ ਬਹੁਤ ਜ਼ਿਆਦਾ ਅੱਛਾ, ਹੋਰ ਤੁਹਾਨੂੰ ਇੱਕ ਆ ਫਾਇਦਾ ਹੈ, ਤੁਸੀਂ ਉੱਥੇ ਜਾਓਗੇ ਤੁਹਾਨੂੰ ਨਾਨ ਬਿਊਟੀ ਤੁਹਾਡੇ ਕੋਲ ਮੋਬਾਈਲ ਨਾਲ ਤੁਸੀਂ ਸਿਮ ਲੈ ਆਓ, ਮੋਬਾਈਲ ਤੁਹਾਡੇ ਚੱਲ ਜਾਏਗੀ, ਉਹਨੂੰ ਐਕਟੀਵੇਟ ਕਰਨਾ ਪਵੇਗਾ ਪੈਕੇਜ ਚਲਾਉਣ ਦੀ ਇੰਟਰਨੈਟ, ਉਹਨਾਂ ਦੀ ਕੋਸ਼ਿਸ਼ ਕਰਨੇ ਆ, ਪਹਾੜ ਬਹੁਤ ਵੱਡੇ ਨੇ ਅਤੇ ਸਹੀ ਵਾਕਈ ਜੰਨਤ ਦਾ ਟੁਕੜਾ ਸਮਝਿਆ ਜਾਂਦਾ ਕਸ਼ਮੀਰ। ਓਕੇ ਜੀ ਓਕੇ, ਲੋਕ ਨੇ ਨਾ ਬਹੁਤ ਹੀ ਅੱਛੇ ਤੇ ਮਹਿਮਾਨ ਵਾਲੇ ਲੋਕ ਨੇ।